ਸਾਸ਼ੀਅਕਲ ਬੱਚਿਓ 7ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਕਰਾਂਗੇ ਲੈਸਨ ਨੰਬਰ 21 ਜਿਸ ਦਾ ਨਾਮ ਹੈ ਮਹਾਨ ਵਿਗਿਆਨੀ ਲੂਈ ਪਾਸਟਰ ਠੀਕ ਹੈ ਮਹਾਨ ਵਿਗਿਆਨੀ ਯਾਨੀ ਕਿ ਇੱਕ ਮਹਾਨ ਸਾਇੰਟਿਸਟ ਜਿਸ ਨੇ ਕੀ ਸੀ ਇਨਸਾਨ ਨੂੰ ਲੱਗਣ ਵਾਲੇ ਰੋਗਾਂ ਦੀ ਰੋਕਥਾਮ ਲਈ ਬਹੁਤ ਸਾਰੇ ਇੰਜੈਕਸ਼ਨਸ ਦੀਆਂ ਟੀਕਿਆਂ ਦੀ ਖੋਜ ਕੀਤੀ ਸੀ ਆਓ ਇਹਨਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ ਇਸ ਪਾਠ ਵਿੱਚ ਮਹਾਨ ਵਿਗਿਆਨੀ ਲੂਈ ਪਾਸਟਰ ਦੇ ਜੀਵਨ ਉਨ੍ਹਾਂ ਦੁਆਰਾ ਕੱਢੀਆਂ ਗਈਆਂ ਕਾਢਾਂ ਦਾ ਜ਼ਿਕਰ ਕੀਤਾ ਗਿਆ ਹੈ ਕਾਢਾਂ ਮਤਲਬ ਇਨਵੈਂشنਸ ਉਸਨੇ ਮਨੁੱਖੀ ਸਰੀਰ ਨੂੰ ਲੱਗਣ ਵਾਲੇ ਰੋਗਾਂ ਦੀ ਰੋਕ-ਥਾਮ ਲਈ ਕਾਢਾਂ ਕੱਢੀਆਂ ਲੈਸਨ ਪੜਦਿਆਂ ਹੁਣ ਪਿਆਰੇ ਬੱਚਿਓ ਵਿਗਿਆਨ ਨੇ ਮਨੁੱਖੀ ਜੀਵਨ ਵਿੱਚ ਮਾਰਕੇ ਦੇ ਕੰਮ ਕੀਤੇ ਹਨ ਮਾਰਕੇ ਦੇ ਕੰਮ ਮਤਲਬ ਪ੍ਰਸ਼ੰਸਾ ਕਰਨ ਵਾਲੇ ਕੰਮ ਜਿਨ੍ਹਾਂ ਦੀ ਅਸੀਂ ਤਾਰੀਫ ਕਰਦੇ ਹਾਂ ਜੇ ਵਿਗਿਆਨ ਸਾਡੇ ਜੀਵਨ ਵਿੱਚ ਆਪਣਾ ਪਰਵੇਸ਼ ਨਾ ਕਰਦੀ ਤਾਂ ਅੱਜ ਅਸੀਂ ਕਾਸੇ ਜੋਗੇ ਨਾ ਹੁੰਦੇ ਕਾਸੇ ਜੋਗੇ ਮਤਲਬ ਕਿਸੇ ਕੰਮ ਨੂੰ ਕਰਨ ਲਾਇਕ ਨਾ ਹੁੰਦੇ ਖਾਸ ਕਰਕੇ ਡਾਕਟਰੀ ਵਿਗਿਆਨ ਨੇ ਤਾਂ ਮਨੁੱਖ ਦੇ ਅੰਦਰ ਨੂੰ ਇਸ ਤਰ੍ਹਾਂ ਪੜ ਲਿਆ ਹੈ ਕਿ ਜਿਵੇਂ ਕੁਦਰਤ ਨੇ ਹੀ ਵਿਗਿਆਨ ਦਾ ਰੂਪ ਧਾਰ ਲਿਆ ਹੋਵੇ ਇਸ ਕਰਕੇ ਵਿਗਿਆਨ ਦੇ ਪੈਰੋਕਾਰ ਉਹਨਾਂ ਵਿਗਿਆਨੀਆਂ ਨੂੰ ਕਿਵੇਂ ਬੁਲਾਇਆ ਜਾ ਸਕਦਾ ਹੈ ਜਿਨ੍ਹਾਂ ਨੇ ਮਨੁੱਖ ਦੀ ਕਾਇਆ ਨੂੰ ਸਰੀਰ ਨੂੰ ਨਿਰੋਗ ਕਰਨ ਲਈ ਆਪਣੀਆਂ ਜ਼ਿੰਦਗੀਆਂ ਲਗਾ ਦਿੱਤੀਆਂ ਜਿਨ੍ਹਾਂ ਨੇ ਮਨੁੱਖ ਨੂੰ ਤੰਦਰੁਸਤ ਰੱਖਣ ਲਈ ਅਜਈਆਂ ਕਾਢਾਂ ਕੱਢੀਆਂ ਅਜਿਹੇ ਯੰਤਰ ਬਣਾਏ ਜੋ ਮਨੁੱਖ ਲਈ ਵਰਦਾਨ ਸਾਬਿਤ ਹੋ ਰਹੇ ਹਨ ਇਹਨਾਂ ਵਿਗਿਆਨੀਆਂ ਵਿੱਚੋਂ ਲੂਈ ਪਾਸਚਰ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ ਲੂਈ ਪਾਸਚਰ ਦਾ ਜਨਮ ਫਰਾਂਸ ਦੇ ਇੱਕ ਪਿੰਡ ਵਿੱਚ 27 ਦਸੰਬਰ 1822 ਈਸਵੀ ਨੂੰ ਹੋਇਆ ਆਪ ਦਾ ਜਨਮ ਉਸ ਵੇਲੇ ਹੋਇਆ ਜਦੋਂ ਯੂਰਪ ਅਤੇ ਰੂਸ ਦੀ ਅੱਧੀ ਤੋਂ ਜ਼ਿਆਦਾ ਜਨਸੰਖਿਆ ਹੈਜ਼ਾ ਟਾਈਫਾਇਡ ਚੇਚਕ ਨਿਮੋਨੀਆ ਤਪੇਦਿਕ ਆਦੀ ਜਾਨ ਦੇਵਾ ਬਿਮਾਰੀਆਂ ਕਾਰਨ ਮੌਦੇ ਮੌਕੇ ਚ ਜਾ ਚੁੱਕੀ ਸੀ ਇਹ ਸਾਰੇ ਬਿਮਾਰੀਆਂ ਦੇ ਨਾਮ ਨੇ ਹੈਜ਼ਾ ਟਾਈਫਾਇਡ ਚੇਚਕ ਨਿਮੋਨੀਆ ਤਪੇਦਿਕ ਆਦੀ ਠੀਕ ਹੈ ਉਸ ਵੇਲੇ ਡਾਕਟਰਾਂ ਕੋਲ ਉਹਨਾਂ ਬਿਮਾਰੀਆਂ ਦਾ ਕੋਈ ਇਲਾਜ ਨਹੀਂ ਸੀ ਲੂਈ ਪਾਸਚਰ ਦੇ ਤਜਰਬਿਆਂ ਨੇ ਸਿੱਧ ਕਰ ਦਿੱਤਾ ਕਿ ਮਨੁੱਖ ਦੇ ਅੰਦਰ ਦੇ ਕੀਟਾਣੂ ਉਸ ਦੇ ਅੰਦਰ ਦੇ ਰੋਗਾਂ ਦਾ ਕਾਰਨ ਬੰਦੇ ਹਨ ਕੀਟਾਣੂ ਮਤਲਬ ਜਰਮਸ ਉਸ ਨੇ ਇਹਨਾਂ ਰੋਗਾਂ ਲਈ ਅਜਿਹੇ ਟੀਕਿਆਂ ਦੀ ਖੋਜ ਕੀਤੀ ਜੋ ਇਹਨਾਂ ਦੀ ਟਾਣੂਆਂ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋਏ। ਲੋਈ ਪਾਸਚਰ ਸ਼ੁਰੂ ਵਿੱਚ ਇੰਨਾ ਕਾਬਿਲ ਨਹੀਂ ਸੀ। ਉਹ ਇੱਕ ਸਧਾਰਨ ਜਿਹਾ ਨੌਜਵਾਨ ਸੀ। ਕੋਈ ਨਹੀਂ ਸੀ ਕਹਿ ਸਕਦਾ ਕਿ ਵੱਡਾ ਹੋ ਕੇ ਕਦੀ ਇਹ ਮਹਾਨ ਵਿਗਿਆਨੀ ਵੀ ਬਣ ਸਕਦਾ ਹੈ। ਹਾਂ ਇਸ ਤੇ ਬਣਾਏ ਵਧੀਆ-ਵਧੀਆ ਚਿੱਤਰ ਜ਼ਰੂਰ ਪਸੰਦ ਕੀਤੇ ਜਾਂਦੇ ਸਨ। ਲੋਈ ਪਾਸਚਰ ਦੀ ਤੀਬਰ ਇੱਛਾ ਸੀ, ਤੀਬਰ ਇੱਛਾ ਮਤਲਬ ਪਹਿਲੀ ਪਸੰਦ ਸੀ ਕਿ ਉਹ ਇੱਕ ਅਧਿਆਪਕ ਬਣੇ। ਉਸ ਦੀ ਇਸ ਇੱਛਾ ਪੂrti ਵਿੱਚ ਰਸਾਇਣ ਸ਼ਾਸਤਰ ਦੇ ਅਧਿਆਪਕ ਪ੍ਰੋਫੈਸਰ ਡਿਊਮਾਸ ਨੇ ਭਰਪੂਰ ਯੋਗਦਾਨ ਪਾਇਆ ਉਦھر ਲੂਈ ਆਪਣੇ ਉਸ ਉਦੇਸ਼ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਦਾ ਰਿਹਾ ਆਖਰੀ ਇੱਕ ਦਿਨ ਉਹ ਸਟਾਰਜ਼ਵਰਗ ਯੂਨੀਵਰਸਿਟੀ ਵਿੱਚ ਰਸਾਇਣ ਸ਼ਾਸਤਰ ਦਾ ਅਧਿਆਪਕ ਬਣ ਗਿਆ ਉਸ ਵੇਲੇ ਇਸ ਦੀ ਉਮਰ 26 ਸਾਲਾਂ ਦੀ ਸੀ ਲੂਈ ਪਾਸਟਰ ਦਾ ਵਿਆਹ ਉਸ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੀ ਪੁੱਤਰੀ ਮੈਰੀ ਲੌਰੈਂਟ ਨਾਲ ਹੋਇਆ ਏ ਵਿਆਲੂ ਹੀ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆ ਮੈਰੀ ਲੌਰੈਂਟ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗੀ ਮੋਢੇ ਨਾਲ ਮੋਢਾ ਜੋੜ ਕੇ ਮਤਲਬ ਬਰਾਬਰ ਕਹਿੰਦੇ ਹਨ ਕਿ ਲੂਈ ਜੋ ਵੀ ਭਾਸ਼ਣ ਕਰਿਆ ਕਰਦੀ ਸੀ ਕਰਦੇ ਸਨ ਉਹ ਮੈਰੀ ਲੌਰੈਂਟ ਦੇ ਲਿਖੇ ਹੋਏ ਹੁੰਦੇ ਸਨ ਇਨਾਂ ਹੀ ਦਿਨਾਂ ਵਿੱਚ ਲੋਈ ਦੀ ਨਿਯੁਕਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਡੀਨ ਵਜੋਂ ਲਿਲੀ ਕਾਲਜ ਵਿੱਚ ਹੋ ਗਈ ਇਥੇ ਰਹਿੰਦੇ ਲੋਹੀ ਨੇ ਦੁੱਧ ਦਹੀਂ ਮੱਖਣ ਅਤੇ ਪਨੀਰ ਨੂੰ ਕਿਟਾਣੂ ਰਹਿਤ ਕਰਨ ਲਈ ਇੱਕ ਪ੍ਰਕਿਰਿਆ ਦੀ ਖੋਜ ਕੀਤੀ ਜੋ ਅੱਜ ਤੱਕ ਅਸੀਂ ਵਰਤੋਂ ਵਿੱਚ ਲਿਆ ਰਹੇ ਹਾਂ ਇਹ ਪ੍ਰਕਿਰਿਆ ਹੈ ਵਸਤੂਆਂ ਨੂੰ ਉਬਾਲਣ ਦੀ ਲੋਹੀ ਪਾਸਚਰ ਦਾ ਸਿਧਾਂਤ ਹੈ ਤਰਲ ਪਦਾਰਥਾਂ ਨੂੰ ਯਾਨੀ ਕਿ ਲਿਕਵਿਡ ਚੀਜ਼ਾਂ ਨੂੰ ਉਬਾਲਣ ਨਾਲ ਕਿਟਾਣੂ ਖਤਮ ਹੋ ਜਾਂਦੇ ਹਨ 1865 ਇਸਵੀ ਵਿੱਚ ਲੋਹੀ ਨੇ ਰੇਸ਼ਮ ਦੇ ਕੀੜਿਆਂ ਤੋਂ ਲੱਗਣ ਵਾਲੇ ਰੋਗਾਂ ਦੀ ਖੋਜ ਕੀਤੀ ਤੇ 1865 ਇਸਵੀ ਵਿੱਚ ਉਸਨੇ پاگل ਕੁੱਤੇ ਦੇ ਕੱਟਣ ਤੋਂ ਪੈਦਾ ਹੋਣ ਵਾਲੇ ਰੋਗਾਂ ਦੇ ਟੀਕੇ ਦੀ ਵੀ ਖੋਜ ਕੀਤੀ। ਇਹ ਇੱਕ ਅਜੀਹਾ ਟੀਕਾ ਸੀ ਜੋ ਕੁੱਤਿਆਂ ਨੂੰ ਲੱਗਦਾ ਸੀ। 루ਈ ਪਾਸਟਰ 28 ਸਤੰਬਰ 1895 ਇਸਵੀ ਨੂੰ ਲੱਕਵੇ ਦੀ ਬਿਮਾਰੀ ਕਾਰਨ ਇਸ ਦੁਨੀਆ ਤੋਂ ਚਾਲਵਸੇ। ਆਈ ਹੋਪ ਤੁਹਾਨੂੰ 루ਈ ਪਾਸਟਰ ਬਾਰੇ ਪਤਾ ਲੱਗ ਗਿਆ ਹੋਵੇਗਾ ਕੌਣ ਸਨ ਉਹ ਤੇ ਉਹਨਾਂ ਨੇ ਕਿਹੜੀ-ਕਿਹੜੀ ਖੋਜ ਕੀਤੀ ਸੀ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਰਾਵਾਂਗੀ ਇਸ ਦਾ ਬੁੱਕ ਪਾਰਟ ਤੇ ਇਸ ਲੈਸਨ ਨੂੰ ਇੱਕ ਵਾਰੀ ਖੁਦ ਜ਼ਰੂਰ ਪੜਨਾ ਇਹ ਲੈਸਨ ਓਨਲੀ ਰੀਡਿੰਗ ਲਈ ਹੈ ਇਸ ਦੇ ਕੁਐਸਚਨ ਆਨਸਰਸ ਨਹੀਂ ਕਰਾਵਾਂਗੀ ਤੇ ਨਾ ਹੀ ਪੇਪਰ ਵਿੱਚ ਆਉਣਗੇ ਧੰਨਵਾਦ